ओंकार सतनाम कर्ता पुरख निर्भाऊ निर्वैर अकाल मूरत अयुनी सैभं गुरप्रसाद दंडौत बंदन अनेक बार सर्वकला सम्राथ डोलन ते राखो प्रभु नानक दे कर हाथ तेरे कवन कवन गुण कहे कह गावा तू साहिब गुणी निदाना तुमरी महिमा वर्ण ना सको तू ठाकुर ऊच भगवाना तुमरी महिमा वर्ण ना सको तू ठाकुर ऊच भगवाना परम सम्मान योग जुगो जुग अटल चवर शतर तख्त मालक कृपालु मेहरवान शब्द गुरु दसा पातशाहियां के आत्मक स्वरूप धन धन श्री गुरु ग्रंथ साहिब महाराज सच्चे पातशाह जिन्हां दे चरण कमलां पासाप जी अमृत वेले दे दीवान अंदर हाजरियां भर रहे हो बहुत ही प्यार सहित रबी बाणी दे आसा की वार दे कीर्तन आप जी ने सरवन कीते समा बनिया है आप जी दे नाल गुरमत विचार सतगुरु जी की शब्द विचार दा पावन इना मुबारक बचना नाल जुड़िए दंडौत बंदन अनेक बार सर्व कला सम्राथ डोलन ते राखो प्रभु नानक दे कर खाथ सतगुरु पातशाह ना मेरा परे बचना राही सानू की उपदेश बख्श रहे ने साहब दियां वडमुलियां विचारां नाल जुड़दे आं प्यार सहित साहब दी बख्शिश असीस उचारण करिए सतनाम श्री वाहे गुरु साहिब जी साहिब जी फरमाउंदे ने दंडौत बंदन अनेक बार सर्व कला समर्थ उस वाहगुरु जी दे चरणा विच दंडेवत दंडौत अरदास बेनती करो ते वार वार ए बेनतियां अरदास और बेनती वार वार करनी है ये किदे वास्ते है महाराज कहंदे ये साडे अपने वास्ते है अरदास किसे वास्ते नहीं अरदास साडे अपने वास्ते है कि सानू महाराज ओ अवस्था बख्शो कि जिहड़ी आत्मक डोलता सानू बख्शिश करो डोलन ते राखो प्रभु नानक दे कर खाथ कि अडोल अवस्था बख्शो कि असी डोलिए ना अज साडी जिंद किदे विच डोल रही है किते काम दी खनेरी आउंदी है क्रोध दी खनेरी आउंदी कै मैं मेरी हंकार दियां खनेरियां जिहड़ियां ने झुल रहियां ने जिन्हां विच साडी जिंद रुढ़ जांदी कै जिस तरह सतगुरु पातशाह महाराज दे चरणा विच दाते ने सानू मात गर्भ में आपन सिमरन दे तै तुम राखन खारे
ਜਿਸ ਤਰ੍ਹਾਂ ਮਾਤਾ ਦੇ ਗਰਭ ਕਾਲ ਵਿੱਚ ਆਪ ਨੇ ਸਾਡੀ ਰੱਖਿਆ ਕੀਤੀ, ਆਪਣਾ ਹੱਥ ਦੇ ਕੇ ਰੱਖਿਆ, ਤੇ ਹੁਣ ਇਸ ਜਗਤ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਵਕ ਅਗਨ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਹੁਣ ਵੀ ਇਸ ਸੰਸਾਰ ਸਮੁੰਦਰ ਦੇ ਵਿੱਚ ਜਿਹੜੀਆਂ ਤਪਸ਼ ਦੀਆਂ ਹਨੇਰੀਆਂ ਨੇ, ਕਾਮ ਕ੍ਰੋਧ ਦੀਆਂ ਹਨੇਰੀਆਂ ਝੁੱਲੀਆਂ ਨੇ ਪਾਤਸ਼ਾਹ, ਇਹਨਾਂ ਦੇ ਵਿੱਚ ਵੀ ਆਪ ਆਪਣਾ ਹੱਥ ਦੇ ਕੇ ਰੱਖੋ। ਅਸਲ ਸਾਧ ਸੰਗਤ ਜਿਹੜਾ ਅਰਦਾਸ ਦਾ ਭਾਵ ਸੀ ਨਾ, ਇਹ ਸੀ ਜੇ ਆਪਾਂ ਹੋਰ ਪਾਤਸ਼ਾਹ ਜੀ ਨੂੰ ਪੁੱਛਦੇ ਹਾਂ, ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਭੱਟ ਕੀਰਤ ਨੇ ਅਰਦਾਸ ਕੀਤੀ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖਾਹੀ। ਹੁਣ ਇਹਦੇ ਵਿੱਚ ਅਰਦਾਸ ਦੀ ਇੱਕ ਝਲਕ ਪੈਂਦੀ ਹੈ ਕਿ ਸਾਡੀ ਜਿੰਦ ਜਿਹੜੀ ਹੈ ਬਹੁਤਿਆਂ ਅਵਗੁਣਾਂ ਨਾਲ ਭਰੀ ਪਈ ਹੈ, ਸਾਡੇ ਵਿੱਚ ਗੁਣ ਕੋਈ ਨਹੀਂ। ਜਿਸ ਚੀਜ਼ ਨੂੰ ਅਸੀਂ ਆਪਣੇ ਜੀਵਨ ਵਿੱਚ ਵਸਾਉਣਾ ਉਹ ਸਾਡੇ ਘਰ ਵਿੱਚ ਨਹੀਂ ਆ ਰਹੀ। ਅੰਮ੍ਰਿਤ ਛਾਡ ਬਿਖੈ ਬਿਖ ਖਾਹੀ ਕਿ ਜਿਹੜੀ ਜਿੰਦ ਹੈ ਉਹ ਅੰਮ੍ਰਿਤ ਨੂੰ ਛੱਡ ਦਿੰਦੀ ਹੈ ਤੇ ਜ਼ਹਿਰ ਨੂੰ ਇਕੱਠਿਆਂ ਕਰ ਰਹੀ ਹੈ। ਫਿਰ ਭਰਮ ਪੈ ਗਿਆ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸਿਓ ਪ੍ਰੀਤ ਲਗਾਈ। ਸਭ ਆਖਰੇ ਨੇ ਕਿ ਇਹ ਜਿਹੜੀ ਮਮਤਾ ਇੰਨੀ ਪ੍ਰਬਲ ਹੈ ਕਿ ਸਾਡੀ ਜਿਸ ਵਾਹਿਗੁਰੂ ਦੇ ਨਾਲ ਬਾਣ ਆਉਣੀ ਸੀ, ਦਾਤਾ ਜੀ ਕਹਿਣ ਲੱਗੇ ਸੁੱਤ ਦਾਰਾ ਸਿਓ ਪ੍ਰੀਤ ਲਗਾਈ, ਉਹ ਪ੍ਰੀਤ ਜਿਹੜੀ ਹੈ ਧੀਆਂ ਪੁੱਤਰਾਂ ਨਾਲ, ਇਸਤਰੀ ਦੇ ਨਾਲ ਉਸਨੇ ਬਣਿਆ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਇਹ ਪਾਵਨ ਮੁਬਾਰਕ ਬਚਨ ਆਖਦਿਆਂ ਹੋਇਆ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਕਿ ਇੱਕ ਰਸਤਾ ਉਹ ਹੈ ਸਾਧ ਸੰਗਤ ਦਾ। ਜਦੋਂ ਆਪਾਂ ਸਾਧ ਸੰਗਤ ਵਿੱਚ ਜੁੜਦੇ ਹਾਂ, ਇੱਥੇ ਆ ਕੇ ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਥੇ ਜਮਾਂ ਦੀ ਫਾਈ ਖਤਮ ਹੋ ਜਾਂਦੀ ਹੈ ਤੇ ਡੰਡੌਤ ਬੰਧਨ ਅੰਦਰੋਂ ਅਰਦਾਸ ਨਿਕਲਦੀ ਹੈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ, ਕਿ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਤੁਸੀਂ ਆਪਣੇ ਚਰਨਾਂ ਵਿੱਚ ਸਾਨੂੰ ਟਿਕਾ ਕੇ ਰੱਖ ਲਓ, ਇਹ ਭਾਟ ਕੀਰਤ ਨੇ ਅਰਦਾਸ ਕੀਤੀ ਹੈ। ਹੁਣ ਇਸ ਤਰ੍ਹਾਂ ਦੀ ਅਰਦਾਸ ਜਿਹੜੀ ਸੀ ਨਾ, ਉਹ ਟਿਕਾ ਵਾਲੀ ਹਰ ਗੁਰਸਿੱਖ ਨੂੰ ਕਰਨੀ ਚਾਹੀਦੀ ਸੀ। ਸਿੱਖ ਦੇ ਜੀਵਨ ਦੇ ਵਿੱਚ ਤਿੰਨ ਸਮੇਂ ਐਸੇ ਆਉਂਦੇ ਜੋ ਸਾਨੂੰ ਸਿੱਖ ਪੰਥ ਰਹਿਤ ਮਰਿਆਦਾ ਵਿੱਚ ਵੀ ਇਹ ਬਚਨ ਬਖਸ਼ੇ ਨੇ, ਸਿੱਖ ਰਹਿਤ ਮਰਿਆਦਾ ਵਿੱਚ, ਕਿ ਸਿੱਖ ਅੰਮ੍ਰਿਤ ਵੇਲੇ ਜਦੋਂ ਪੰਜ ਬਾਣੀਆਂ ਦਾ ਪਾਠ ਕਰੇ ਤੇ ਆਪਣੀ ਅਰਦਾਸ ਕਰੇ, ਸੰਧਿਆ ਵੇਲਾ ਹੋਏ ਤੇ ਜਦੋਂ ਸੋਧਾਰ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਨਾ ਆਪ ਅਰਦਾਸ ਕਰੇ, ਤੇ ਜਦੋਂ ਰਾਤ ਦਾ ਸਮਾਂ ਹੋ ਜਾਏ ਉਸ ਵੇਲੇ ਬਾਣੀ ਸੋਹਿਲਾ ਸਾਹਿਬ ਜੀ ਦਾ ਪਾਠ ਕਰਨਾ ਤੇ ਆਪ ਸਿੱਖ ਨੇ ਅਰਦਾਸ ਕਰਨੀ ਹੈ। ਤੇ ਅਰਦਾਸ ਦੇ ਪਿਆਰੇ ਬੋਲ ਹੋਣੇ ਚਾਹੀਦੇ ਨੇ ਕਿ ਵਾਹਿਗੁਰੂ ਦਾਤਾ ਜੀ, ਤੁਹਾਡੀ ਰਜ਼ਾ ਦੇ ਵਿੱਚ, ਭਾਣੇ ਦੇ ਵਿੱਚ ਮੇਰੇ ਕੋਲੋਂ ਇਹ ਸੱਚੇ ਪਾਤਸ਼ਾਹ ਜੀ ਅੱਜ ਚਾਰ ਪੈਰ ਬਤੀਤ ਹੋ ਗਏ ਨੇ, ਚਾਰ ਪੈਰਾਂ ਦੀ ਰਾਤ ਆਈ ਹੈ, ਜੇ ਤੁਹਾਨੂੰ ਪਾਇਆ ਦਾਤਾ, ਜੇ ਤੁਸੀਂ ਅੰਮ੍ਰਿਤ ਵੇਲਾ ਬਖਸ਼ਿਆ ਤੇ ਆਪਣੇ ਚਰਨਾਂ ਨਾਲ ਸਾਨੂੰ ਜੋੜ ਕੇ ਇਹ ਵਡਿਆਈ ਅੰਮ੍ਰਿਤ ਵੇਲੇ ਦੀ ਬਖਸ਼ ਲਿਆ। ਹੁਣ ਸਾਰਾ ਜੀਵਨ ਜਿਹੜਾ ਸਿੱਖ ਦਾ ਸੀ ਨਾ, ਉਹ ਅਰਦਾਸ ਤੇ ਟਿਕਿਆ ਸੀ, ਜਿਹਨੇ ਸਾਨੂੰ ਸੁੱਖ ਬਖਸ਼ਣਾ ਸੀ। ਪਰ ਜਦੋਂ ਆਪਾਂ ਇਸ ਭਾਵ ਨੂੰ, ਅਰਦਾਸ ਨੂੰ ਦੂਜਿਆਂ ਨਾਲ ਜੋੜ ਦਿੱਤਾ, ਅੱਜ ਦੂਜਿਆਂ ਨਾਲ ਕਦੋਂ ਜੁੜਿਆ, ਜਦੋਂ ਆਪਾਂ ਅਰਦਾਸ ਕਰਕੇ ਘਰ ਪਰਿਵਾਰ ਦਾ ਸੁੱਖ ਮੰਗਦੇ ਹਾਂ, ਕਾਰੋਬਾਰਾਂ ਦੀ ਵਡਿਆਈ ਮੰਗਦੇ ਹਾਂ ਕਿ
ਹੁਣ ਵੇਖੋ ਅਰਦਾਸ ਕਿਹੜੇ ਪਾਸੇ ਨੂੰ ਚਲੀ ਗਈ। ਇੱਕ ਪਾਸੇ ਬਾਣੀ ਆਖ ਰਹੀ ਹੈ ਕਿ ਆਪਣੇ ਟਿਕਾਹ ਵਾਸਤੇ ਕਿ ਆਪਣੀ ਆਤਮਿਕ ਅਡੋਲਤਾ ਵਾਸਤੇ ਕਿ ਜਿਹੜਾ ਭਰਮਣ ਅਸੀਂ ਕਰ ਰਹੇ ਹਾਂ, ਜੰਮ ਜੰਮ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਹੁਣ ਇਸ ਬੇਨਤੀ ਅਰਦਾਸ ਨੇ ਸਾਡਾ ਜਨਮ ਮਰਨ ਕੱਟਣਾ ਸੀ ਕਿ ਜਿਹੜੀ ਸਜ਼ਾ ਆਪਾਂ ਭੋਗ ਰਹੇ ਹਾਂ, ਜਨਮ ਕੁੰਦਾ ਫਿਰ ਮੌਤ ਹੋ ਜਾਂਦੀ ਹੈ, ਉਦੋਂ ਬਾਅਦ ਫਿਰ ਜਨਮ ਹੁੰਦਾ ਕੈ। ਹੁਣ ਇਸ ਜਨਮ ਮਰਨ ਤੋਂ ਰਹਿਤ ਹੋਣਾ ਸੀ। ਇਹ ਬੇਨਤੀਆਂ ਅਰਦਾਸਾਂ ਇਸ ਲਈ ਸਨ ਤਾਂ ਕਰਕੇ ਮਹਾਰਾਜ ਆਪਾਂ ਰੋਜ਼ਾਨਾ ਇਹ ਬਚਨ ਪੜ੍ਹਦੇ ਹਾਂ ਸਾਹਿਬ ਦੇ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਖਾ, ਆਗੈ ਬਸਨ ਸੁਖੇਲਾ। ਹੁਣ ਅਰਦਾਸ ਬੇਨਤੀ ਦਾ ਭਾਵ ਇਹ ਸੀ ਕਿ ਮੈਂ ਆਪ ਵਾਹਿਗੁਰੂ ਦੇ ਚਰਨਾਂ ਵਿੱਚ ਰਜੋਈ ਕਰਾਂ ਕਿ ਇਹ ਜਿਹੜਾ ਮੈਨੂੰ ਜੀਵਨ ਮਿਲਿਆ ਹੈ ਇਹ ਲਾਹਾ ਲੈਣ ਵਾਸਤੇ ਮਿਲਿਆ ਹੈ ਕਿ ਮੈਂ ਕੁਝ ਕਮਾਈ ਕਰ ਲਵਾਂ। ਈਹਾਂ ਖਾਟ ਚਲੋ ਹਰ ਲਾਖਾ ਕਿ ਜਦੋਂ ਆਪਾਂ ਇਸ ਲੋਕ ਵਿੱਚ ਇਹ ਜਿਹੜਾ ਸਾਨੂੰ ਧਰਮਸ਼ਾਲਾ ਧਰਤੀ ਮਿਲੀ ਹੈ ਇੱਥੇ ਕਮਾਈ ਕਰਾਂਗੇ ਤੇ ਅੱਗੇ ਵਸਣਾ ਸਾਡਾ ਜਿਹੜਾ ਹੈ ਉਹ ਸੁਖੇਲਾ ਹੋ ਜਾਏਗਾ। ਸਾਡੇ ਕੋਲੋਂ ਸਮਾਂ ਘਟਦਾ ਜਾ ਰਿਹਾ, ਔਦ ਘਟੈ ਦਿਨ ਸਿਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ ਕਿ ਆਪਣਾ ਜਿਹੜਾ ਕਾਰਜ ਆਪਣਾ ਕੰਮ ਜਿਹੜਾ ਨਾ ਉਹ ਗੁਰੂ ਨੂੰ ਮਿਲ ਕੇ ਆਪਾਂ ਰਾਸ ਕਰ ਲਈਏ, ਸਾਡੇ ਜੀਵਨ ਦੇ ਵਿੱਚ ਚੜ੍ਹਦੀ ਕਲਾ ਆ ਜਾਵੇ। ਹੁਣ ਇਹ ਭਾਵ ਸੀ ਅਰਦਾਸ ਬੇਨਤੀ ਦਾ ਕਿ ਜਿਹੜੀ ਆਪਾਂ ਆਪ ਕਰਨੀ ਸੀ, ਸਾਡੇ ਹਿਰਦੇ ਵਿੱਚ ਇਹ ਪਿਆਰ ਜਾਗਣਾ ਸੀ ਅਰਦਾਸਾਂ ਬੇਨਤੀਆਂ ਜਿਹੜੀਆਂ ਅਸੀਂ ਦੂਜਿਆਂ ਦੀਆਂ ਕਰਨੇ ਆ। ਕਿਤੇ ਵਾਹਿਗੁਰੂ ਸਾਨੂੰ ਗਿਆਨ ਬਖਸ਼ਦਾ, ਹਰ ਗੁਰਸਿੱਖ ਹਰ ਗੁਰੂ ਕਾ ਪਿਆਰਾ ਆਪਣੇ ਭਲੇ ਵਾਸਤੇ ਬੇਨਤੀ ਕਰੇ, ਜਿਵੇਂ ਇੱਕ ਪੰਥ ਨੇ ਅਰਦਾਸ ਕੀਤੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਇਹ ਪੰਥਕ ਬਚਨ ਸਨ, ਪੰਥਕ ਬਾਣੀ ਹੈ ਜਿਹਦੇ ਵਿੱਚ ਮਹਾਰਾਜ ਨੇ ਸਾਰੇ ਜੀਆਂ ਦਾ ਭਲਾ ਮੰਗਿਆ ਕੈ, ਉਹ ਭਾਵੇਂ ਹਿੰਦੂ ਹੈ, ਮੁਸਲਮਾਨ, ਖੱਤਰੀ, ਈਸਾਈ, ਕੋਈ ਵੀ ਹੋਏ, ਜਿੰਨੇ ਜੀ ਇਹ ਧਰਤੀ ਤੇ ਆਏ ਨੇ ਵਾਹਿਗੁਰੂ ਦੇ ਹੁਕਮ ਵਿੱਚ ਆਏ ਨੇ ਤੇ ਗੁਰੂ ਘਰ ਦੋਵੇਂ ਸਮੇਂ ਸਭ ਦਾ ਭਲਾ ਮੰਗਿਆ ਜਾਂਦਾ ਹੈ। ਜਿੱਥੇ ਸਾਰੀ ਲੁਕਾਈ ਦਾ ਭਲਾ ਮੰਗਿਆ ਜਾਂਦਾ ਹੈ ਉੱਥੇ ਸਾਨੂੰ ਇੱਕ ਗਿਆਨ ਜੋ ਇਹਨਾਂ ਪਾਵਨ ਬਚਨਾਂ ਵਿੱਚ ਸਾਹਿਬਾਂ ਨੇ ਦਰਖਾਏ ਨੇ, ਡੰਡੌਤ ਬੰਧਨ ਅਨੇਕ ਵਾਰ ਸਰਬ ਕਲਾ ਸਮਰੱਥ। ਹੇ ਸਮਰੱਥ ਮਾਲਕ ਜੀ, ਆਪ ਸਰਬ ਕਲਾ ਸਮਰੱਥ ਹੋ ਤੇ ਕਿਰਪਾ ਕਰੋ ਕਿ ਜਿਹੜੀਆਂ ਅਰਦਾਸਾਂ ਬੇਨਤੀਆਂ ਬੰਦਾ ਉਸ ਵੇਲੇ ਕਰ ਰਿਹਾ ਹੁੰਦਾ ਕਹਿ, ਇਹ ਜਿਹੜੀ ਆਤਮਿਕ ਅਡੋਲਤਾ ਦੀ ਬਾਤ ਹੈ, ਨਹੀਂ ਤੇ ਸਾਧ ਸੰਗਤ ਇਹ ਉਸ ਵੇਲੇ ਹੁੰਦੀ ਹੈ ਕਿ ਜਦੋਂ ਬੰਦਾ ਇੱਥੋਂ ਚਲਾ ਜਾਂਦਾ ਹੈ ਤੇ ਬਾਅਦ ਵਿੱਚ ਅਰਦਾਸ ਕੀਤੀ ਜਾਂਦੀ ਹੈ ਕਿ ਇਹਨੂੰ ਆਤਮਿਕ ਸ਼ਾਂਤੀ ਬਖਸ਼ੋ। ਪਰ ਇਹ ਜਿਉਂਦਿਆਂ ਜਾਗਦਿਆਂ ਆਪਾਂ ਅਰਦਾਸ ਕਰਨੀ ਸੀ ਕਿ ਮਹਾਰਾਜ ਮਿਹਰਾਂ ਕਰੋ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਆਪ ਮਿਹਰਾਂ ਕਰੋ ਸਾਨੂੰ ਸੱਚੇ ਪਾਤਸ਼ਾਹ ਜੀ, ਜਿਉਂਦੇ ਜਾਗਦਿਆਂ ਆਪਣੇ ਚਰਨਾਂ ਦਾ ਪਿਆਰ, ਇਹ ਆਤਮਿਕ ਸ਼ਾਂਤੀ, ਆਤਮਿਕ ਟਿਕਾਅ ਜਿਹੜਾ ਹੈ ਇਹ ਜਿਉਂਦੇ ਜਾਗਦਿਆਂ ਬਖਸ਼ੋ। ਐਸੀ ਅਰਦਾਸ ਬੇਨਤੀ ਇਹ ਤਾਂ ਹੋ ਸਕਦੀ ਹੈ ਜੇ ਆਪਾਂ ਆਪਣੇ ਭਲੇ ਵਾਸਤੇ, ਕਿ ਬੇਨਤੀ ਅਰਦਾਸ ਕਿਸੇ ਵਾਸਤੇ ਨਹੀਂ, ਇਹ ਮੇਰੇ ਭਲੇ ਵਾਸਤੇ ਹੈ। ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਇਹਨਾਂ ਵਡਿਆਈਆਂ ਦੇ ਨਾਲ ਨਿਵਾਜਨ, ਆਪ ਸੰਗਤਾਂ ਦੇ ਨਾਲ ਸਤਿਗੁਰ ਪਾਤਸ਼ਾਹ ਮਹਾਰਾਜ ਦੇ ਪਾਵਨ ਮੁਬਾਰਕ ਬਚਨਾਂ ਦੀ ਸਾਂਝ ਪਾਉਂਦੇ ਹਾਂ। ਹੋਈਆਂ ਭੁੱਲਾਂ ਖਿਮਾ ਕਰਨੀਆਂ, ਸਾਰੇ ਪਿਆਰ ਸਹਿਤ ਮਹਾਰਾਜ ਜੀ ਦੀ ਬਖਸ਼ਿਸ਼ ਗੁਰਫਤਿਹ, ਬੁਲੰਦ ਆਵਾਜ਼ ਵਿੱਚ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਰੇ।